ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਇੱਕ ਸਟੋਰ ਦੇ ਵਿੱਚ ਦਾਖਲ ਹੋਏ ਇਹ ਬਦਮਾਸ਼, ਜਿਨ੍ਹਾਂ ਨੇ ਦੁਕਾਨਦਾਰ ਅਤੇ ਉਸਦੇ ਕਰਿੰਦੇ ਤੇ ਹਮਲਾ ਕੀਤਾ, ਲਹੂ ਲੁਹਾਨ ਕਰ ਦਿੱਤੇ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸ਼ਟਰਿੰਗ ਸਟੋਰ ਤੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਧਾਵਾ ਬੋਲਿਆ ਗਿਆ ਔਰ ਦੁਕਾਨ ਤੇ ਕੰਮ ਕਰਦੇ ਇੱਕ ਕਰਿੰਦੇ ਤੇ ਦੁਕਾਨਦਾਰ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਪਟਿਆਲਾ ਦੇ ਪਿੰਡ ਦਿੱਤੂਪੁਰ ਦਾ ਇਹ ਪੂਰਾ ਮਾਮਲਾ ਹੈ, ਜਿੱਥੇ ਸ਼ਟਰਿੰਗ ਸਟੋਰ ਦੇ ਵਿੱਚ 5 ਤੋਂ 6 ਬਦਮਾਸ਼ ਵੜੇ। ਮੂੰਹ ਇਹਨਾਂ ਦੇ ਢੱਕੇ ਹੋਏ ਸੀ, ਹੱਥਾਂ ਦੇ ਵਿੱਚ ਦਾਤਰ ਸੀ, ਜਿਨ੍ਹਾਂ ਦੇ ਵੱਲੋਂ ਇੱਕ ਕਰਿੰਦੇ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਆਪਣੀ ਜਾਨ ਬਚਾ ਕੇ ਇਹ ਕਰਿੰਦਾ ਭੱਜਦਾ ਹੋਇਆ ਨਜ਼ਰ ਆਇਆ ਹੈ। ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ, ਜਿਸ ਨੂੰ ਰਾਜਿੰਦਰਾ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਸ਼ਟਰਿੰਗ ਸਟੋਰ ਦੇ ਵਿੱਚ ਅਣਪਛਾਤੇ ਵੜੇ ਨੇ, ਤੇਜ਼ਧਾਰ ਹਥਿਆਰ ਇਹਨਾਂ ਦੇ ਕੋਲ ਨੇ, ਜਿਨ੍ਹਾਂ ਦੇ ਵੱਲੋਂ ਸਟੋਰ ਦੀ ਵੀ ਭੰਨ ਤੋੜ ਕੀਤੀ ਗਈ। ਦੁਕਾਨਦਾਰ ਤੇ ਉਸਦੇ ਸਾਥੀ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਪਟਿਆਲਾ ਦੇ ਪਿੰਡ ਦਿੱਤੂਪੁਰ ਦਾ ਇਹ ਪੂਰਾ ਮਾਮਲਾ ਹੈ, 5 ਤੋਂ 6 ਜਣਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ, ਕਿਸ ਤਰੀਕੇ ਦੇ ਨਾਲ ਸ਼ਟਰਿੰਗ ਸਟੋਰ ਦੀ ਵੀ ਭੰਨ ਤੋੜ ਕੀਤੀ ਗਈ। ਪਟਿਆਲਾ ਦੇ ਪਿੰਡ ਦਿੱਤੂਪੁਰ ਦਾ ਇਹ ਪੂਰਾ ਮਾਮਲਾ ਹੈ। ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਇੱਕ ਸਟੋਰ ਦੇ ਵਿੱਚ ਦਾਖਲ ਹੋਏ ਇਹ ਬਦਮਾਸ਼, ਜਿਨ੍ਹਾਂ ਨੇ ਦੁਕਾਨਦਾਰ ਅਤੇ ਉਸਦੇ ਕਰਿੰਦੇ ਤੇ ਹਮਲਾ ਕੀਤਾ, ਲਹੂ ਲੁਹਾਨ ਕਰ ਦਿੱਤੇ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸ਼ਟਰਿੰਗ ਸਟੋਰ ਤੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਧਾਵਾ ਬੋਲਿਆ ਗਿਆ ਔਰ ਦੁਕਾਨ ਤੇ ਕੰਮ ਕਰਦੇ ਇੱਕ ਕਰਿੰਦੇ ਤੇ ਦੁਕਾਨਦਾਰ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਪਟਿਆਲਾ ਦੇ ਪਿੰਡ ਦਿੱਤੂਪੁਰ ਦਾ ਇਹ ਪੂਰਾ ਮਾਮਲਾ ਹੈ, ਜਿੱਥੇ ਸ਼ਟਰਿੰਗ ਸਟੋਰ ਦੇ ਵਿੱਚ 5 ਤੋਂ 6 ਬਦਮਾਸ਼ ਵੜੇ। ਮੂੰਹ ਇਹਨਾਂ ਦੇ ਢੱਕੇ ਹੋਏ ਸੀ, ਹੱਥਾਂ ਦੇ ਵਿੱਚ ਦਾਤਰ ਸੀ, ਜਿਨ੍ਹਾਂ ਦੇ ਵੱਲੋਂ ਇੱਕ ਕਰਿੰਦੇ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਆਪਣੀ ਜਾਨ ਬਚਾ ਕੇ ਇਹ ਕਰਿੰਦਾ ਭੱਜਦਾ ਹੋਇਆ ਨਜ਼ਰ ਆਇਆ ਹੈ। ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ, ਜਿਸ ਨੂੰ ਰਾਜਿੰਦਰਾ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਸ਼ਟਰਿੰਗ ਸਟੋਰ ਦੇ ਵਿੱਚ ਅਣਪਛਾਤੇ ਵੜੇ ਨੇ, ਤੇਜ਼ਧਾਰ ਹਥਿਆਰ ਇਹਨਾਂ ਦੇ ਕੋਲ ਨੇ, ਜਿਨ੍ਹਾਂ ਦੇ ਵੱਲੋਂ ਸਟੋਰ ਦੀ ਵੀ ਭੰਨ ਤੋੜ ਕੀਤੀ ਗਈ। ਦੁਕਾਨਦਾਰ ਤੇ ਉਸਦੇ ਸਾਥੀ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਪਟਿਆਲਾ ਦੇ ਪਿੰਡ ਦਿੱਤੂਪੁਰ ਦਾ ਇਹ ਪੂਰਾ ਮਾਮਲਾ ਹੈ, 5 ਤੋਂ 6 ਜਣਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ, ਕਿਸ ਤਰੀਕੇ ਦੇ ਨਾਲ ਸ਼ਟਰਿੰਗ ਸਟੋਰ ਦੀ ਵੀ ਭੰਨ ਤੋੜ ਕੀਤੀ ਗਈ। ਪਟਿਆਲਾ ਦੇ ਪਿੰਡ ਦਿੱਤੂਪੁਰ ਦਾ ਇਹ ਪੂਰਾ ਮਾਮਲਾ ਹੈ।